बिस्मिल्लाह रहमान रहीम। मेरे वालों मेरे देखने वाले सारे भैन भरावां नूं अस्सलाम वालेकुम। मेरी दुआ अल्लाह ताला तुहानूं खुश रखे, आबाद रखे, थोड़े सारे दुख तकलीफां नूं दूर करे, सदा हंसते रहो, मुस्कुराते रहो। इस दुआ दे नाल अज दी वीडियो शुरू करदे आं। वीडियो शुरू करने तो पहले साडी एक रिक्वेस्ट है, अगर तुसीं साडे चैनल नूं सबसक्राइब नहीं कीता तां इहनूं सबसक्राइब कर लो, बैल दे बटन भी जरूर दबायो तां कि साडी हर आने वाली वीडियो दा नोटिफिकेशन तुहानूं बर वक्त मिलदा रहे। तो अज दी वीडियो शुरू करदे आं। अच्छा जी, हिबा दी चाची ने बनाईयां टिक्कियां, आलू वालियां है बा या किन्ने वालियां देख लो। ते हिबा कोल भेजियां वा मेरे वास्ते और जवेद वास्ते। हिबा बेटी भी खा रही है, चेक करके देख दे किस तरह दियां बनियां वा। ते मोहित किथे? कीमा भी पाया हुआ, मोहित बाहर चले गए अमरूद लैके। चल मोहित भी खा लेंदा। ए हिबा बेटी दियां फेवरेट है मेरी, सानू मामा दियां पसंद आ। चल खा लो, पसंद आता मजेदार। ਤੁਹਾਡੀ ਦਵਾਈ ਖਤਮ ਹੋ ਗਈ, ਤੁਸੀਂ ਮੈਨੂੰ ਜਾਣ ਨਹੀਂ ਦਿੱਤਾ। ਦਵਾਈ ਲੈਣ ਜਾਣੀ ਸੀ ਮੈਂ ਤੁਹਾਡੇ ਵਾਸਤੇ, ਤੁਸੀਂ ਕਿਹਾ ਨਹੀਂ ਸੁਬਾਹ ਸ਼ਹਿਰ ਜਾਣਾ ਤਾਂ ਸੁਬਾਹ ਸ਼ਹਿਰੋਂ ਲੈ ਆਵਾਂਗੇ। ਹਾਂਜੀ ਸ਼ਹਿਰ ਜਾਣਾ ਹੈ ਸੁਬਾਹ। ਹਾਂਜੀ ਸੁਬਾਹ ਜਾਣਾ ਸ਼ਹਿਰ। ਬੱਚਿਆਂ ਦੀ ਛੁੱਟੀ ਹੈ ਫਿਰ? ਸਕੂਲ ਨਹੀਂ ਜਾਣਾ ਬੱਚਿਆਂ ਨੇ? ਨਹੀਂ, ਬੱਚੇ ਸੁਬਾਹ ਛੁੱਟੀ ਥੋੜਾ ਕਰਨਗੇ ਨਾ, ਤੇ ਸੁਬਾਹ ਬੱਚੇ ਛੁੱਟੀ ਕਰ ਲੈਣਗੇ ਨਾ ਤੇ ਫਿਰ ਆਪਾਂ ਲੈ ਆਵਾਂਗੇ। ਮੈਂ ਬਣ ਗਿਆ ਸੀ, ਨਾਈ ਕਰ ਲਓ, ਆਪਣਾ ਸਿਰ ਸਾਫ਼ ਕਰ ਲਓ, ਮੈਨੂੰ ਗੰਦਾ ਲੱਗ ਰਿਹਾ। ਹੇਪਾ ਨਾਲਾ ਪੁੱਤ, ਸੁਬਾਹ ਵੇ ਸ਼ਹਿਰ ਜਾਣਾ ਤੇ ਫਿਰ ਮਨ ਮੋਟਰਸਾਈਕਲ ਸਰਦੀ ਲੱਗੂਗੀ। ਸ਼ਹਿਰ ਸਾਡਾ ਪ੍ਰੋਗਰਾਮ ਬਣ ਗਿਆ ਅੱਗੇ ਜਾਣੇ ਦਾ। ਅੱਗੇ ਜਾਣੇ ਦਾ। ਅੱਛਾ ਮੈਂ ਦਿਹਾੜੀਦਾਰ ਨੂੰ ਪੁੱਛੂਗਾ, ਜੇ ਲੱਭ ਗਿਆ ਤੇ ਫਿਰ ਚੱਲ ਜਾਾਂਗੇ ਅੱਗੇ। ਮੈਂ ਕਿਹਾ ਦਿਹਾੜੀਦਾਰ ਨੂੰ ਤੁਸੀਂ ਪੁੱਛ ਲਓ। ਫਿਰ ਤੁਸੀਂ ਪਿਛਲੇ ਟਾਈਮ ਸਾਨੂੰ ਘਰੋਂ ਲੈ ਕੇ ਜਾਂਦੇ ਆ ਤੇ ਥੱਕ ਜਾਂਦੇ, ਅਸੀਂ ਰਾਤ ਪੈ ਕੇ ਸੌਂਦੇ ਆ, ਨਾ ਕਿਸੇ ਨੂੰ ਮਿਲ ਹੁੰਦਾ, ਨਾ ਲੈਣੀ ਨਾ ਦੇਣੀ, ਨਾ ਚਾਚੂ ਨਾਲ ਜਾ ਹੁੰਦਾ, ਕਿਸੇ ਨੂੰ ਵੀ ਮਿਲ ਨਹੀਂ ਹੁੰਦਾ। ਤੇ ਤੁਸੀਂ ਕਹਿ ਦਿੰਦੇ ਆ ਫਿਰ ਸੁਬਾਹ ਆਸਾਨਾ ਹੁੰਦੀਆਂ ਜੀ। ਹੱਸ ਗਿਆ ਹੱਸ ਗਿਆ, ਚੱਲੀਏ ਮਾਲ ਨੂੰ ਪੱਠੇ ਪਾਣੀ ਜਾ ਕੇ ਸਮਾਲ ਲੰਗਰ ਦੀ ਤਾਂ ਕਰਨੀ ਹੈ, ਦਿਲ ਨਹੀਂ ਕਰਦਾ ਜਾਣੇ ਨੂੰ ਤੇ। ਅੱਛਾ ਦਿਹਾੜੀਦਾਰ ਨੂੰ ਪੁੱਛੂਗਾ ਲੱਭ ਕੇ ਨਾ ਫਿਰ ਕਰਨਾ। ਚੋਟ ਲੱਗੀ ਹੋਈ ਆ, ਅੰਮੀ ਜੀ ਦੇ ਸੱਟ ਲੱਗ ਗਈ ਸੀ ਤੇ ਨਾਲੇ ਅੰਮੀ ਜੀ ਨੇ ਦੇਖਿਆ ਹੋਵੇ। ਚਲੋ ਠੀਕ ਹੈ, ਮੈਂ ਦਿਹਾੜੀਦਾਰ ਨੂੰ ਪੁੱਛੂਗਾ ਜੇ ਲੱਭ ਕੇ ਤਾਂ ਚੱਲ ਜਾ। ਅੰਮੀ ਕੱਲ ਕੁਛ ਨਾਰਾਜ਼ ਹੋ ਰਹੇ ਸੀਗੇ, ਅੰਮੀ ਕਹਿੰਦੇ ਨਾ ਇਹਦੀ ਆਪਣੀ ਤਬੀਅਤ ਨਾ ਠੀਕ ਹੋਵੇ ਤੇ ਫੋਨ ਕਰਕੇ ਗੁੱਸਾ ਕਰੂਗੀ ਵੀ। ਅੰਮੀ ਜੀ ਉਹਨਾਂ ਨੇ ਕਾਲ ਕਰਕੇ ਨੇ ਪੁੱਛਿਆ ਵੀ ਆਸੇ ਦੀ ਕਿਸ ਤਰ੍ਹਾਂ ਤਬੀਅਤ ਆ, ਠੀਕ ਆ ਜਾਂ ਨਹੀਂ। ਅੱਜ ਮੈਨੂੰ ਚੋਟ ਲੱਗ ਗਈ ਹੈ ਤੇ ਮੇਰਾ ਕਾਲ ਕਰਕੇ ਪੁੱਛਿਆ ਹੀ ਨਹੀਂ। ਮੈਂ ਕਿਹਾ ਅੰਮੀ ਜੀ ਮੈਨੂੰ ਨਾ ਪਤਾ ਹੈ ਸੀ, ਲੇਕਿਨ ਸਾਡੇ ਕੋਲ ਸਰਵਿਸ ਨਹੀਂ ਹੈ ਸੀ, ਸਾਰਾ ਦਿਨ ਲੈਟ ਨਹੀਂ ਆਈ ਤੇ ਇਸ ਲਈ ਮੈਂ ਤੁਹਾਡਾ ਕਾਲ ਕਰਕੇ ਨਹੀਂ ਪੁੱਛਿਆ। ਤੇ ਮੈਂ ਕਿਹਾ ਵੀ ਅੰਮੀ ਜੀ ਮੈਨੂੰ ਇਹ ਗੱਲ ਨਹੀਂ ਵੀ ਤੁਹਾਡਾ ਮੈਨੂੰ ਅਹਿਸਾਸ ਨਹੀਂ ਹੈ ਤੇ ਮਾਂ ਤੇ ਮਾਂ ਹੀ ਹੁੰਦੀ ਆ, ਮਾਂ ਦੀ ਜਗ੍ਹਾ ਤੇ ਕੋਈ ਨਹੀਂ ਲੈ ਸਕਦਾ। ਹਾਂਜੀ ਪਤਾ ਕਰਨਾ ਚਾਹੀਦਾ। ਹਾਂਜੀ ਤੇ ਤਾਂ ਮੈਂ ਕਹਿ ਰਹੀ ਹਾਂ ਜਾਣਾ ਤਾਂ ਹੈ, ਚੌਕ ਆਸਨ ਤੱਕ ਤੇ ਜਾਣਾ ਹੀ ਆ। ਤੇ ਚਲੋ ਆਪਾਂ, ਚਲੋ ਮੈਂ ਪੱਠੇ ਜਿਹੜੇ ਸੁਬਾ ਪੌਣੇ ਉਹ ਵੜ ਲੈਂਦਾ ਨਾ ਸ਼ਾਮ ਨੂੰ, ਹਾਂਜੀ, ਤੇ ਅਗਲੇ ਦਿਨ ਕਹਿ ਦਾਂਗੇ ਨੌਕਰ ਨੂੰ। ਤੇ ਚਲੋ ਮੈਂ ਕਹਿੰਦੀ ਹਾਂ ਜਿਹੜਾ ਖਾ ਰਹਿੰਦਾ ਉਹ ਵੀ ਬਣਾ ਦੂਗਾ, ਖਾਲ ਬਣੇ ਜਿਹੜੇ ਝਾੜਨੇ ਉਹ ਵੀ ਝਾੜ ਦੂਗਾ। ਚਲੋ ਅੰਮੀ ਜੀ ਹੁਣ ਕੋ ਹੋ ਜਾਂਦੀ ਆ ਤੇ ਫਿਰ ਤੇ ਨਹੀਂ ਜਾਇਆ ਜਾਣਾ। ਚਲੋ ਠੀਕ ਹੈ, ਕੀ ਪ੍ਰੋਗਰਾਮ ਹੈ ਤੁਹਾਡਾ? ਚਲੋ ਸਹੀ ਚੱਲ ਜਾਵਾਂਗੇ। ਹਾਂਜੀ ਮੋਟਰਸਾਈਕਲ ਜਾਵਾਂਗੇ ਜਾਂ ਕਾਰ ਤੇ? ਜਿਸ ਤਰ੍ਹਾਂ ਤੁਸੀਂ ਕਹੋਗੇ। ਚਲੋ ਮੋਟਰਸਾਈਕਲ ਤੇ ਹੀ ਚਲੇ ਜਾਵਾਂਗੇ, ਕੋਈ ਪਹਿਲੇ ਆਪੀ ਸਮੈਰਾ ਕੋਲ ਸਟੇ ਕਰਾਂਗੇ, ਫਿਰ ਅੱਗੇ ਆਪੀ ਤਿਆਰ ਆ ਜਾਂਦੀ ਆ, ਉਸ ਕੋ ਝੱਟ ਜਾਵਾਂਗੇ, ਉਸ ਤੋਂ ਅੱਗੇ ਫਿਰ ਅੰਮੀ ਜੀ ਉਹਨਾਂ ਕੋਲ ਚਲੇ ਜਾਂਦੇ। ਚਲੋ ਠੀਕ, ਮੇਰਾ ਤਾਂ ਇੱਥੇ ਹੀ ਹੈ ਇਸ ਤਰ੍ਹਾਂ। ਹਾਂਜੀ ਮੇਰਾ ਦਿਲ ਕਰ ਰਿਹਾ ਵਾ, ਨਾਲੇ ਮੈਂ ਕਿਹਾ ਅੰਮੀ ਜੀ ਨੂੰ ਚੋਟ ਲੱਗੀ, ਅੰਮੀ ਜੀ ਨੂੰ। ਚਲੋ ਮੈਂ ਪੁੱਛਦਾ ਨਾ ਜੇ ਲੱਭ ਗਿਆ ਨੌਕਰ ਤੇ ਭੇਜ। ਹਾਂਜੀ ਸਹੀ, ਚਲੋ। ਅੱਜ ਅਸੀਂ ਮਸ਼ੀਨ ਲਾਈ ਸੀ, ਕੱਪੜੇ ਧੋ ਰਹੀ ਸੀ, ਸਾਰੇ ਕੱਪੜੇ ਉਹਨੇ ਧੋ ਲਏ ਆ, ਤਕਰੀਬਨ ਥੋੜ੍ਹਾ ਜਿਹਾ ਰਹਿ ਗਿਆ ਤੇ। ਹਾਂਜੀ ਜਿਹੜਾ ਇੱਕ ਮੇਰੇ ਕੱਪੜੇ ਖਰਾਬ ਹੋਏ ਨਾ ਉਹ ਗਾਣੇ ਮੂੰਹ ਮਾਰਦਾ। ਹਾਂਜੀ ਉਹ ਹੀ ਬਸ ਮੈਂ ਪਾਇਆ, ਮੈਂ ਕਿਹਾ ਹੁਣ ਤੇ ਮਸ਼ੀਨ 'ਚ ਸਾਰਾ ਫੈਲਾ ਆ ਤੇ ਚਲੋ ਨਾਲ ਲੱਗਦਾ ਧੋ ਹੋ ਜਾਊਗਾ, ਨਾਲ ਲੱਗਦਾ ਧੋ ਹੋ ਜਾਊਗਾ। 4 ਦਿਨ ਨਾ ਜਾਣਗੇ ਗਾਣ ਪੱਠੇ ਪਾਉਣ ਗਿਆ, ਉਹਨੂੰ ਮੂੰਹ ਮਾਰਿਆ ਸਾਰੇ ਕੱਪੜੇ ਪਾ ਦਿੱਤੇ। ਉਹਦਾ ਨਾਕ ਨੂੰ ਲੱਗਦਾ ਪੱਕਾ ਨਾ। ਇਸ ਤਰ੍ਹਾਂ ਹੀ ਇਸ ਲਈ ਨਹੀਂ ਤੇ ਖੂਨ ਨਿਕਲ ਰਿਹਾ ਸੀ, ਕੱਲ ਮੈਂ ਦੇਖਿਆ ਸੀ, ਮੈਂ ਤੁਹਾਨੂੰ। ਹਾਂ ਨੱਕ ਪੱਕਾ ਉਹਦਾ, ਮੈਨੂੰ ਯਾਦ ਨਹੀਂ ਰਿਹਾ, ਮੈਂ ਤੁਹਾਨੂੰ ਦੱਸਣਾ ਸੀ ਉਹਦਾ ਤੇਲ ਤੂਲ ਲਗਾ ਦਿੰਦੇ। ਅੱਗ ਜਲਾ ਦਿੱਤੀ ਮੈਂ, ਚਲੋ ਕੋਈ ਤੇ ਤਵੀ ਗਰਮ ਹੋ ਗਈ ਹੋਣੀ। ਰੋਟੀਆਂ 2 ਲਾ ਲਓ। ਹਾਂ ਚਲ ਲਾ ਲਓ। ਹਾਂਜੀ ਤੁਸੀਂ ਰੋਟੀਆਂ ਲਾ ਲਓ ਤੇ ਮੈਂ ਨਾ ਉਹ ਜਿਹੜੇ ਮੁਰਗੀਆਂ ਮੁਰਗੇ ਆ ਖੁੱਡਾ ਲਾਇਆ। ਚਲੋ ਖੁੱਡਾ ਲਾਇਓ ਫਿਰ, ਆ ਕੇ ਇੱਥੇ ਗਰਮ ਗਰਮ ਖਾ ਲਈਏ। ਚਲੋ ਠੀਕ ਆ। ਹਾਂਜੀ ਕੀ ਵਕਤ ਪੈ ਗਿਆ? ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕੋਈ ਚੀਜ਼ ਪੈ ਗਈ ਹੈ ਪਰ। ਅੱਖ ਮਲਿਓ ਨਾ, ਜ਼ਖਮ ਹੋ ਜਾਂਦੇ ਆਪੇ ਜਿਵੇਂ। ਸਾਰੇ ਕੰਮ ਬਣ ਖਤਮ ਕਰ ਦੇ, ਮੂੰਹ ਮਿੱਠਾ ਕਰਨਾ। ਦੂਧ ਨੂੰ ਜਾਗ ਲਗਾ ਕੇ ਰੱਖਿਆ ਹੋਇਆ, ਮਸ਼ੀਨ ਧੋਏ, ਧੋ ਕੇ ਕੱਪੜੇ ਸੁੱਕੇ ਸੁੱਕੇ
ਸਾਰੇ ਉਤਾਰ ਕੇ ਕਮਰੇ 'ਚ ਲਿਆ ਕੇ ਰੱਖਦੇ ਆ, ਬਰਤਨ ਧੋ ਕੇ ਰੱਖ ਕੇ ਅਤੇ ਸਾਰੇ ਕੰਮ ਕਰਕੇ ਹੁਣ ਵਿਹਲੀ ਹੋ ਕੇ ਨਵੀਆਂ ਹੱਥ ਧੋ ਕੇ ਆਈਆਂ। ਹੁਣ ਨਾ ਸਾਨੂੰ ਕੋਈ ਚੀਜ਼ ਲਗਾ ਲਾ, ਦੇਖੋ ਕਿਸ ਤਰ੍ਹਾਂ ਖੁਸ਼ਕੀ ਨਿਕਲ ਗਈ ਹੈ। ਲੋਸ਼ਨ ਲਾ ਲਿਓ। ਉਹ ਲੋਸ਼ਨ ਲਗਾਉਣੀ ਹੈ। ਅੱਛਾ ਤਾਂ ਦੱਸੋ, ਮੂੰਹ ਮਿੱਠਾ ਕਰਨਾ? ਮੈਂ ਅੱਗੇ ਪੁੱਛਿਆ ਤੁਹਾਨੂੰ, ਮੂੰਹ ਮਿੱਠਾ ਕਰਨਾ? ਓਕੇ, ਚੀਜ਼ ਨਾਲ ਮੂੰਹ ਮਿੱਠਾ। ਤੁਸੀਂ ਦੱਸੋ ਜੇ ਕਰਨਾ ਤਾਂ ਕਰਾ ਦਿੰਦੇ। ਹੈ ਜੇ ਕਰਨਾ ਤਾਂ ਕਰਾ ਦਿੰਦੇ। ਨਹੀਂ ਮੂੰਹ ਮਿੱਠਾ ਤੁਸੀਂ ਕਹਿੰਦੇ, ਮਿੱਠੀ ਚੀਜ਼ ਨਹੀਂ ਹੋਊਗਾ ਹੁਣ, ਇਸ ਤਰ੍ਹਾਂ ਤਾਂ ਨਹੀਂ ਹੋ ਜਾਣਾ। ਮੈਂ ਕਹਿ ਰਿਹਾ ਮੇਰਾ ਬਰਫੀ ਨੂੰ ਮੂੰਹ ਮਿੱਠਾ ਕਰਾ ਦੋ ਫਿਰ, ਤੇ ਫਿਰ ਚੱਲ ਜਾਊਂਗਾ ਬਰਫੀ ਲੈ ਆਊਂਗਾ। ਕੋਈ ਹੈ ਇਸ ਟਾਈਮ ਬਾਹਰ ਨਿਕਲਣ ਦਾ? ਕੋਈ ਨਹੀਂ ਹੈ। ਹਾਂਜੀ, ਹਾਲਾਤ ਸਾਡੇ ਇਲਾਕੇ ਦੇ ਖਰਾਬ ਆ। ਦੇਖ ਲਓ ਬੇਟਾ। ਲਓ ਜੀ, ਇਹ ਨਾ ਮੋਹਿਤ ਬਦਾਨਾ ਲੈ ਕੇ ਆਇਆ ਸੀ, ਉਧਰੋਂ ਅੰਮੀ ਹੁਣਾਂ ਨੂੰ ਲੈ ਕੇ ਆਇਆ। ਲਓ ਜੀ, ਬਾਜ਼ ਨੂੰ ਕਰੀਮ ਕੌਣ ਲਾਉਂਦਾ? ਹੈ ਪੁੱਤ ਬੱਚੇ ਖਾਇਆ ਆ, ਇਹ ਸਿਰਫ ਤੇਰਾ ਤੇ ਮੇਰਾ ਆਇਆ ਸਰ, ਠੀਕ ਹੈ ਨਾ? ਹਾਂਜੀ, ਤੁਸੀਂ ਮੇਰਾ ਹਿੱਸਾ ਮੇਰੇ ਬੱਚੇ ਨੂੰ ਦੇ ਦਿਓ, ਮੇਰੇ ਮੋਹਿਤ ਹੋਰ ਨਹੀਂ। ਮੋਹਿਤ ਨੇ ਤਾਂ ਝੁੱਟੀ ਲਾ ਵੀ ਲਈ ਆ ਕੇ। ਮੋਹਿਤ ਨੇ ਮੋਹਿਤ ਤੋਂ ਖਾ ਕੇ ਆਇਆ ਸੀ ਜੇ? ਨਹੀਂ ਖਾ ਕੇ ਆਇਆ ਮਾਮਾ। ਚਲ ਆ ਜਾਓ, ਖਾ ਲਓ। ਆ ਜਾ ਹਿਬਾ, ਮੋਹਿਤ ਆ ਜਾ, ਖਾ ਲਓ। ਅਸੀਂ ਕਰ ਲਓ ਮੋਹਿਤ। ਹਿਬਾ ਔਰ ਹਿਬਾ ਦੇ ਪਾਪਾ ਦੀ ਦੋਨਾਂ ਦੀ ਆਪਸ 'ਚ ਹੋ ਗਈ ਹੈ ਲੜਾਈ। ਹਿਬਾ ਰੋ ਰਹੀ ਆ, ਹਿਬਾ ਕਹਿ ਰਹੀ ਆ ਜਵੇਦ ਨੇ ਨਾ ਹਿਬਾ ਦੀ ਟਾਫੀ ਇੱਕ ਮੋਇਜ਼ ਨੂੰ ਦੇਤੀ ਆ, ਅਤੇ ਲੇਕਿਨ ਹਿਬਾ ਹੁਣ ਰੋ ਰਹੀ ਆ ਕਿ ਮੈਂ ਮੋਇਜ਼ ਨੂੰ ਟਾਫੀ ਨਹੀਂ ਸੀ ਦੇਣੀ, ਅਤੇ ਹੁਣ ਜਵੇਦ ਹਿਬਾ ਨੂੰ ਮਨਾ ਰਿਹਾ ਅਤੇ ਲੇਕਿਨ ਹਿਬਾ ਨਹੀਂ ਮੰਨ ਰਹੀ। ਹਿਬਾ ਬਹੁਤ ਜ਼ਿੱਦੀ ਆ। 20 ਰੁਪਏ ਚੀਜ਼ ਲਈ ਸੀ ਨਾ ਜੀ ਦੀ ਦੁਕਾਨ ਤੋਂ, ਅਤੇ ਮੋਇਜ਼ ਨੇ 10 ਦੀ ਲਈ ਸੀ, ਉਹਦੇ ਵਾਲੇ 10 ਰੁਪਏ ਵੀ ਤੂੰ ਖਾ ਲੈ। ਇਸ ਤਰ੍ਹਾਂ ਦੀਆਂ ਦੋ ਟਾਫੀਆਂ ਸੀਗੀਆਂ ਤੇ ਹਿਬਾ ਦੋਨੋਂ ਹਿਬਾ ਨੇ ਰੱਖੀਆਂ ਹੋਈਆਂ ਸੀ, ਤੇ ਜਵੇਦ ਨੇ ਇੱਕ ਹਿਬਾ ਮੋਇਜ਼ ਨੂੰ ਦਿੱਤੀ, ਹਿਬਾ ਮੋਇਜ਼ ਮੰਗ ਰਿਹਾ ਸੀ, ਲੇਕਿਨ ਹਿਬਾ ਹੁਣ ਰੋ ਰਹੀ ਹੈ ਕਿ ਮੈਂ ਨਹੀਂ ਦੇਣੀ। ਆ ਲਓ ਖਾ ਲਓ, ਤਾਂ ਹੀ ਤਾਂ ਅੱਗੇ ਤਾਂ ਦੇਣੀ ਰੋਟੀ ਨਹੀਂ ਖਾਣੀ ਕਰ। ਮੋਇਜ਼ ਕਹਿੰਦਾ, ਮੋਇਜ਼ ਕਹਿ ਰਿਹਾ ਕਿ ਹਿਬਾ ਨੇ ਨਾ ਬੁੱਢੀ ਹੋ ਜਾਣਾ, ਨਹੀਂ ਨਹੀਂ ਮੇਰੀ ਤਾਂ ਛੋਟੀ ਜੀ ਬੇਟੀ ਆ, ਬੁੱਢੀ ਐਵੇਂ ਹੋ ਜਾਣਾ। ਹਜੇ ਤਾਂ ਮੇਰੀ ਬੇਟੀ 6 ਸਾਲਾਂ ਦੀ ਨਹੀਂ ਹੋਈ ਹੈਗੀ। ਤੁਸੀਂ ਨਾ ਤੰਗ ਨਾ ਕਰੋ ਮੇਰੀ ਬੇਟੀ, ਠੀਕ ਆ ਨਾ? ਚਲੋ ਕੱਢੀ, ਤੁਸੀਂ ਤੰਗ ਨਾ ਕਰੋ ਬਸ, ਚੁੱਪ ਕਰ ਜਾ ਮੇਰਾ ਬੇਟਾ, ਮੈਂ ਆਉਂਦੀ ਆਪਣੀ ਧੀ ਕੋਲ। ਅੱਛਾ ਜੀ, ਮੋਇਜ਼ ਬੇਟੇ ਦੀ ਚਲਾਕੀ ਦੇਖੋ, ਆ ਦੋ ਕੰਬਲ ਚੱਕ ਸਾਡੇ ਚਾਰਪਾਈ 'ਤੇ ਰੱਖ ਗਿਆ, ਅਤੇ ਜਿਹੜਾ ਨਿਊ ਕੰਬਲ ਮੈਂ ਲੈਂਦਾ ਉਹ ਮੋਇਜ਼ ਬੇਟਾ ਨਾਲ 2-3 ਦਿਨ ਹੋ ਗਏ ਜਾਣਾ ਲੈ ਲੈਂਦਾ। ਹਿਬਾ ਬੇਟੀ ਮੇਰੇ ਨਾਲ ਸੌਂਦੀ ਹੈ ਅਤੇ ਹਿਬਾ ਬੇਟੀ ਜ਼ਿੱਦ ਕਰਦੀ ਅਸੀਂ ਲੈਣਾ, ਅਤੇ ਮੋਇਜ਼ ਨੇ ਕੰਬਲ ਪਹਿਲਾਂ ਮਾਰ ਲਿਆ ਹੁਣ। ਚੱਲ ਦੇ ਦੇ ਨਿੱਕਾ ਪਿਆ ਜੀ, ਨਿੱਕਾ ਵੀਰਾ ਤੂੰ ਤੇ ਮੈਂ ਆਪਣਾ ਆ ਲੈ ਲੈਂਦੇ ਸੀ, ਨਵਾਂ ਲੈ ਲੈਣਾ। ਪੇਟੀ 'ਚ ਇੱਕ ਪਿਆ ਨਾ ਉਹ ਵੀ ਚੱਕ ਲੈਣਾ, ਠੀਕ ਹੈ ਨਾ? ਕੱਢ ਲੈਣਾ ਆਪਾਂ, ਠੀਕ ਹੈ ਨਾ? ਹਾਂ, ਪੇਟੀ ਵਿੱਚ ਇੱਕ ਪਿਆ ਹੋਰ, ਹਾਂ ਇੱਕ ਪੇਟੇ ਵਿੱਚ ਵੀ ਪਿਆ। ਅੱਛਾ ਜੀ, ਜਿਹੜਾ ਨਵਾਂ ਕੰਬਲ ਪਿਆ ਨਾ ਪੇਟੇ ਵਿੱਚ, ਉਹ ਮੈਂ ਤੇ ਹਿਬਾ ਨੇ ਸੁਬਾਹ ਨਵਾਂ ਲੈ ਲੈਣਾ ਹੁਣ, ਠੀਕ ਹੈ ਨਾ? ਹੁਣ ਤੁਸੀਂ ਆਪਣਾ ਇਹੀ ਰੱਖਿਓ। ਮੈਂ ਕੋਈ ਚੀਜ਼ ਨਹੀਂ ਲੈ ਦਿੱਤੀ, ਸਿਰਫ ਮੈਂ ਪੈਸੇ ਦਿੱਤੇ ਆਪੇ ਲਈਆਂ, ਇਹਨਾਂ ਨੇ ਆਪ ਹੀ ਚੀਜ਼ਾਂ ਲਈ ਜਿਹੜੀ ਵੀ ਲਈ। ਮੈਂ ਚਾਚੇ ਕੋਲ ਬੈਠ ਗਿਆ ਸੀਗਾ, ਕੋਈ ਟਰੈਕਟਰ ਦਾ ਹਿਸਾਬ ਕਿਤਾਬ ਕਰਨਾ ਸੀ ਪੈਸਿਆਂ ਦਾ,
ਤੇ ਮੈਂ ਚਾਚੇ ਕੋਲ ਬਹਿ ਗਿਆ ਤੇ ਇਹ ਆਪ ਹੀ ਜਾ ਕੇ ਚੀਜ਼ ਲੈ ਕੇ ਮੇਰੇ ਕੋਲ ਪੈਸੇ ਲਏ ਸਿਰਫ ਇਹਨਾਂ ਨੇ ਆਰਾਮ ਨਾਲ ਪੈ ਗਈ ਮੈਂ ਦੁੱਧ ਪੀਣਾ ਸੀ ਚਲੋ ਮੈਂ ਖੁਦ ਪੀ ਲੈਂਦਾ ਲੈ ਕੇ ਹੋਰ ਦੱਸੋ ਲਿਆਂਦਾ ਇੱਥੇ ਆਹ ਦੇਖ ਮੇਰੇ ਮੋਬਾਈਲ ਨਾਲ ਕੀ ਕਰ ਰਿਹਾ ਹੈ ਕਿਸੇ ਨੰਬਰ ਦੀ ਮਿਲਾ ਦੇ ਦੇਖੀ ਸਹੀ ਹਾਂਜੀ ਹੋਮਵਰਕ ਕਰ ਲਿਆ ਮੇਰੇ ਕੋਲ ਕੀਤਾ ਇਹਨੇ ਲਾਈਟ ਜਲਾਈ ਹੋਈ ਹੈ